ਗੁੱਡ ਮਾਰਨਿੰਗ ਜੀ ਸਾਰਿਆਂ ਨੂੰ, ਅਤੇ ਟਾਈਮ ਆ ਸਵੇਰ ਦਾ ਅਤੇ ਕੁਲਵਿੰਦਰ ਧੋਂਦਾ ਪਿਆ ਗੱਡੀ ਬਾਹਰ। ਕੁਲਵਿੰਦਰ ਦੇ ਦੋਸਤ ਆਏ ਉਹਨੇ, ਦੋਸਤ ਆਏ ਅਤੇ ਅੱਜ ਸੰਗਰਾਂਦ ਹੈ ਜੀ। ਸੰਗਰਾਂਦ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ, ਅਤੇ ਸਾਡੇ ਗੁਰਦੁਆਰੇ ਭੋਗ ਪੈਣ ਦੀ ਤਿਆਰੀ ਹੋ ਰਹੀ ਹੈ। ਅਤੇ ਅਮਨ ਦੇਖੋ ਨਹਾ ਧੋ ਕੇ ਐਡੀ ਹਿੰਮਤ ਹੈ ਨਹੀਂ, ਮੈਂ ਗੁਰਦੁਆਰਾ ਜਾਵਾਂ ਲੰਮੇ ਪੈ। ਹਾਂ ਮਨ ਸਾਫ਼ ਹੋਣਾ ਚਾਹੀਦਾ, ਕਈਆਂ ਦੇ ਮਨ ਦੇ ਅੰਦਰ ਪਾਪ ਹੁੰਦਾ ਤੇ ਜਾਂਦੇ ਗੁਰਦੁਆਰਾ ਸਾਹਿਬ ਨੇ, ਹਨਾ। ਚਲੋ ਆਪਾਂ ਕਹਿੰਦੇ ਨੀ, ਪਰ ਆਪਾਂ ਇਹੋ ਜਿਹੇ ਲੋਕ ਕਈ ਵੇਖੇ ਹੋਏ ਨੇ, ਤਾਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰ ਰਹੇ ਹਾਂ। ਬਾਹਰ ਨੀ ਕਰਦੇ, ਹਾਂਜੀ ਦੇਖੋ ਮੇਰੇ ਭੈਣ ਭਾਈ ਜਿਹੜੇ ਨਾ 11 ਵਜੇ 10 ਵਜੇ ਤੋਂ ਬਾਅਦ ਫੋਨ ਕਰਦੇ ਨਾ ਕਰਿਆ ਕਰੋ ਪਲੀਜ਼, ਕਿਉਂਕਿ ਅਸੀਂ ਸੋਣਾ ਵੀ ਹੁੰਦਾ, ਘਰ ਦੇ ਕੰਮ ਵੀ ਦੇਖਣੇ ਹੁੰਦੇ, ਘਰ ਦੇ ਹਾਲਾਤ ਨਾ ਫਿਰ ਉਥਲ ਪੁਥਲ ਹੋ ਜਾਂਦੇ ਨੇ ਜਦੋਂ ਬੰਦਾ ਰਾਤ ਨੂੰ ਨੀਂਦ ਨਾ ਪੂਰੀ ਹੋਏ ਸਵੇਰੇ ਉੱਠੇ ਨਾ। ਸਾਰਾ ਖਲਾਰਾ ਇੱਥੇ ਪਾ ਰੱਖਿਆ ਸੂਟਾਂ ਦਾ, ਕਿੰਨੇ ਕੁ ਸੂਟ ਰੱਖ ਰੱਖੇ ਨੇ। ਆ ਕਿੱਦਾਂ ਬਣਵਾਇਆ ਮਨ, ਸੋਹਣਾ ਸੂਟ ਬਣਿਆ ਹਨਾ, ਬਾਲਾ ਘੈਂਟ ਬਣਿਆ ਯਾਰ। ਅੱਛਾ ਆਹ ਸਲਵਾਰ ਹੈ ਨਾਲ, ਹੈ ਅੱਛਾ ਮੈਂ ਕਿਤੇ ਆਹ ਸਲਵਾਰ ਹੈ ਬਲੂ। ਅੱਛਾ ਦੋ ਦੋ ਨੇ ਵੱਖਰੇ ਵੱਖਰੇ ਸੂਟ ਨੇ, ਇੱਕ ਆਹ ਰੰਗ ਹੈ ਫਿਰੋਜੀ ਅਤੇ ਇੱਕ ਲਾਈਟ ਬਲੂ। ਇਹ ਕੱਪੜਾ ਹੋਰ ਹੈ, ਇਹ ਕੱਪੜਾ ਉਹ ਹੈ ਜੋਰਜਟ ਜਿਹਾ, ਨਹੀਂ ਨਹੀਂ ਆਹ ਤਾਂ ਹਾਂ ਆਹ ਵੀ ਕੱਪੜਾ ਸੋਹਣਾ, ਐਵੇਂ ਦਾ ਸੂਟ ਆਪਾਂ ਵੀ ਸਵਾਈ ਇੱਕ ਇੱਕ ਹੈਵੀ, ਸਾਨੂੰ ਟਾਈਮ ਹੀ ਲੱਗਣਾ। ਇੱਧਰ ਕੁਲਵਿੰਦਰ ਸਿੰਘ ਨੇ ਜ਼ੋਰ ਲਾ ਰੱਖਿਆ ਪੂਰਾ ਗੱਡੀ 'ਤੇ, ਰੰਗ ਖੁਰ ਜਾਣਾ ਇਹਦਾ, ਰੰਗ ਖੁਰ ਜਾਣਾ ਇਹਦਾ ਗੱਡੀ ਦਾ। ਅਮਨ ਕਹਿੰਦੀ ਰੰਗ ਕੁਲਵਿੰਦਰ ਵਰਗਾ ਹੋ ਜਾਣਾ ਖੁਰ ਕੇ। ਬਾਕੀ ਪਾਰਟੀ ਤੁਹਾਨੂੰ ਦਿਖਾਉਂਦੀ ਹਾਂ, ਟਾਈਮ ਦੇ ਲਓ 8:30 ਦਾ ਹੋ ਗਿਆ ਅਤੇ ਸਾਰੇ ਸੁੱਤੇ ਪਏ ਨੇ ਅੰਦਰ, ਇੱਕੋ ਹੀ ਕਮਰੇ 'ਚ ਅਸੀਂ ਗੱਦੇ ਲਾ ਰੱਖੇ ਥੱਲੇ, ਏਸੀ ਚੱਲ ਰਿਹਾ। ਅਮਨ ਸੂਟਾਂ ਦੀ ਜਾਣਕਾਰੀ ਦੇ ਰਹੀ ਹੈ ਅਤੇ ਕੁਛ ਦੁਪੱਟੇ ਆਹ ਰੈਡੀ ਹੋ ਕੇ ਆਏ ਨੇ, ਬੜੇ ਸੋਹਣੇ ਨੇ ਲਾਈਟ ਲਾਈਟ, ਆਹ ਵੀ ਦੁਪੱਟਾ ਬੜਾ ਘੈਂਟ ਹੈ, ਇਹਦੇ ਨਾਲ ਪਲੇਨ ਸੂਟ ਜ਼ਿਆਦਾ ਸੋਹਣਾ ਲੱਗੂ। ਆਏ ਦੁਪੱਟੇ ਕਿੰਨੇ ਸੋਹਣੇ ਆਏ ਨੇ ਰੈਡੀ ਹੋ ਕੇ ਯਾਰ, ਹਨਾ ਬਹੁਤ ਸੋਹਣੇ ਆਏ ਨੇ ਰੈਡੀ ਹੋ ਕੇ, ਲੈਸਾਂ ਲੱਗ ਕੇ। ਅੱਛਾ ਚਲੋ ਪਰਮਾਤਮਾ, ਪਰਮਾਤਮਾ ਨਾਮ ਬਣਾਉਣ ਵਾਲਾ, ਨੀਵੇਂ ਹੋ ਕੇ ਰਹਿਣਾ ਚਾਹੀਦਾ, ਮਨ ਸਾਫ਼ ਰੱਖੋ ਤਾਂ ਸਾਰਾ ਕੁਛ ਹੀ ਪਰਮਾਤਮਾ ਸਾਰਾ ਕੁਛ ਦਿੰਦਾ। ਅਸੀਂ ਬੜੀ, ਸਾਡਾ ਸ਼ੌਂਕ ਸੀ ਕਿ ਅਸੀਂ ਬੁਟੀਕ ਖੋਲ੍ਹੀਏ ਅਤੇ ਉਹ ਅੱਜ ਸਾਡਾ ਸ਼ੌਂਕ ਪੂਰਾ ਹੋ ਗਿਆ,
ਤੇ ਹੌਲੀ ਹੌਲੀ ਪਰਮਾਤਮਾ ਅੱਗੇ ਵੀ ਪੂਰੇ ਕਰੇ ਸ਼ੌਂਕ। ਆਹ ਕੱਪੜਾ ਕੀ ਹੈ ਮੈਨੂੰ ਬੜਾ ਸੋਹਣਾ ਜੀ, ਸਾਡੇ ਨਾ ਘਰ ਚ ਮੈਨੂੰ ਲੱਗਦਾ ਆਪਣੇ ਪਾਉਣ ਵਾਲੇ ਕੱਪੜੇ ਤਾਂ ਘੱਟ ਲੱਭਦੇ ਨੇ, ਬੁਟੀਕ ਵਾਲੇ ਹੀ ਸੂਟ ਜਿੱਤੇ। ਮੈਂ ਉਹੀ ਕਹਿ ਰਹੀ, ਮੈਂ ਕਿਹਾ ਸੂਟ ਅੜੀਆ ਹੈ ਹੀ ਨਹੀਂ ਕੋਈ, ਹੁਣ ਇੱਕ ਇੱਕ ਸਵਾਈਏ ਸੂਟ, ਸੂਟ ਹੈ ਨਹੀਂ ਕੋਈ। ਅਰੇ ਨਹੀਂ ਚੱਲ ਚਾਰ ਸਵਾ ਲਿਆ, ਪਰ ਇੱਕ ਇੱਕ ਪਹਿਲਾਂ ਸਵਾਈਏ ਸ਼ੁਰੂਆਤ ਤੱਕ। ਮੈਂ ਕੋਲ ਬੁਟੀਕ ਮੈਂ ਵੀ ਕੱਢਾਂ ਇੱਕ ਅੱਧਾ ਸੂਟ, ਨੱਕ ਮੁੜ ਜਾਣਾ ਚਲੋ ਜੀ, ਫਿਰ ਕੋਈ ਜੀ ਨੀ ਕਰਨਾ। ਸੂਟ ਤਾਂ ਉਹੀ ਸਵਾਉਂਦੇ ਸਵਾ ਦੀ, ਅੱਜ ਸੂਟ ਲਿਆਂਦਾ ਆਪਣੇ ਟੇਲਰ ਕੋਲੇ ਤੜਕੇ ਨੂੰ ਪਾ ਕੇ, ਚਲੋ ਨਹੀਂ ਤਾਂ ਮਨ ਚੱਕਿਆ ਜਾਂਦਾ ਬੰਦੇ ਦਾ, ਫਿਰ ਜੀ ਨੀ ਕਰਦਾ। ਸੂਟ ਦਸ ਨੱਖਾਂ ਮੂਹਰੇ ਘੁੰਮੀ ਜਾਣਾ ਘੁੰਮੀ ਜਾਣਾ, ਤੇ ਉਹ ਬੰਦੇ ਨੇ ਪਾਉਣ ਤੋਂ ਪਹਿਲਾਂ ਹੀ ਮਨ ਚੱਕਿਆ ਜਾਂਦਾ, ਮਨ ਚੱਕਿਆ ਜਾਂਦਾ। ਆਹ ਮੈਂ ਕਿਹੜੇ ਸੂਟ ਨਾਲ ਚੁੰਨੀ ਆ, ਪ੍ਰਿੰਟਡ ਪਲੇਨ ਸੂਟ ਹੈ ਇਹਦੇ ਨਾਲ, ਕੈਬੀ ਸੂਟ ਨੇ ਪ੍ਰਿੰਟ ਸੂਟ ਹੈ। ਅੱਛਾ ਅੱਛਾ ਪ੍ਰਿੰਟ ਸੂਟ, ਚੁੰਨੀ ਬੜੀ ਸੀ ਇਹ ਜਿਹੜਾ ਆਪਾਂ ਸੂਟ ਲਿਆਂਦਾ ਸੀ ਨਾ ਉਦੋਂ ਜਦੋਂ ਆਪਾਂ ਬੁਟੀਕ ਦਾ ਕੰਮ ਨਹੀਂ ਕਰਦੇ ਸੰਗਰੂਰ ਤੋਂ, ਉਹ ਕੱਪੜਾ ਹੀ ਹੈ, ਬਹੁਤ ਵਧੀਆ ਸੋਫਟ ਹੈ। ਚਲ ਬੱਚਾ ਪਾਰਟੀ ਉਠਾਈਏ, ਉਠਾਉਣਾ ਚੱਲ ਚੱਲੀਏ। ਆਹ ਦੇਖੋ ਜੀ ਐਵੇਂ ਪੋਜ਼ਿਟਿਵਿਟੀ ਮਿਲਦੀ ਆ, ਆਪਣਾ ਸੂਟ ਬਣ ਕੇ ਇੰਗਲੈਂਡ ਗਿਆ ਹੋਇਆ ਤੇ ਅੱਜ ਸਾਡੇ ਕਸਟਮਰ ਦੀ ਫੋਟੋ ਆਈ, ਬਹੁਤ ਵਧੀਆ ਲੱਗ ਰਿਹਾ ਦੇਖ ਕੇ। ਹਾਂ ਹੁਣ ਆਇਆ ਸਾਫ, ਆਈ ਯਾਰ ਕਿੰਨਾ ਸੋਹਣਾ ਲੱਗ ਰਿਹਾ ਨਾ, ਸਾਫ ਕਿਉਂ ਨਹੀਂ ਆ ਰਹੀ, ਹੁਣ ਆਈ, ਬੜਾ ਪਿਆਰਾ ਲੱਗ ਰਿਹਾ, ਬੜਾ ਪਿਆਰਾ ਲੱਗ ਰਿਹਾ ਕਿ ਆਪਾਂ ਬਣਾਇਆ ਇਹ, ਬਣਾਇਆ ਆਪਾਂ, ਮਿਹਨਤ ਕੀਤੀ, ਮਿਹਨਤ ਕੀਤੀ, ਸਹੀ ਗੱਲ, ਬਹੁਤ ਪਿਆਰਾ ਲੱਗ ਰਿਹਾ। ਕਹਿੰਦੇ ਬੰਦੇ ਨੂੰ ਬੋਲਣ ਦੀ ਲੋੜ ਕੋਈ ਨਹੀਂ ਹੈ ਨਾ, ਵੀ ਤੁਹਾਡਾ ਕੰਮ ਬੋਲਣਾ ਚਾਹੀਦਾ, ਰਿਕਾਰਡ ਬੋਲਦੇ, ਪਿੰਟ ਪਿੰਟ ਮਾਰ ਜਾਂਦੇ, ਆਹ ਕੱਪੜਾ ਏਦਾਂ ਦੀ ਅੱਜ ਤੇ ਏਦਾਂ ਕੀਤਾ ਜੀ, ਬੋਲਣਾ ਨਹੀਂ ਚਾਹੀਦਾ, ਬੰਦੇ ਦਾ ਕੰਮ ਬੋਲੇ। ਉਹ ਕਹਿੰਦੇ ਮਿੱਤਰਾਂ ਨੂੰ ਕੋਈ ਲੋੜ ਨਹੀਂ, ਮਿੱਤਰਾਂ ਦੇ ਬੱਲਿਆ ਰਿਕਾਰਡ ਬੋਲਦੇ, ਗਾਣਾ ਆਉਂਦਾ ਨੀ ਆਪੇ ਢਾਬਾ ਨੇ ਜੀ ਸਹੀ ਕਰ ਲਿਆ, ਸਾਨੂੰ ਤਾਂ ਇੰਨਾ ਕੋਈ ਆਉਂਦਾ ਨਹੀਂ। ਇੱਕ ਸੂਟ ਬਣਾ ਕੇ ਭੇਜਿਆ ਫਾਈਨਲ, ਸਾਰੇ ਇਹਨਾਂ ਦਾ ਜਿੰਨਾ ਵੀ ਹੁਣ ਆਪਣੇ ਕੋਲ ਸੂਟ ਰੈਡੀ ਹੋ ਰਹੇ ਸਾਰੇ, ਪਹਿਲੇ ਸੂਟ ਪਾਇਆ ਤੇ ਜੀ ਕੌਣ ਆਇਆ ਬੇਟੀ ਇਹਨਾਂ ਦੀ, ਬੜਾ ਪਿਆਰਾ ਲੱਗਾ। ਦੀਦੀ ਨੇ ਵੀ ਇੰਗਲੈਂਡ ਜਾਣਾ, ਦੀਦੀ ਵੀ ਆਪਣੇ ਕੋਲ ਸੂਟ ਬਣਾ ਕੇ ਲੈ ਗਏ, ਆਪਾਂ ਵੀ ਤਿਆਰ ਕਰੀਏ ਆ ਕੇ ਘਰ ਨੂੰ, ਜਾਣਾ ਕਿੱਥੇ ਪਾ ਕੇ, ਸਾਨੂੰ ਤਾਂ ਟਾਈਮ ਹੀ ਨਹੀਂ ਲੱਗਦਾ ਕਿਤੇ ਜਾਣ ਦਾ ਹੀ, ਜਾਣਾ ਸਾਨੂੰ ਵਿਆਹ ਘੱਟ ਦੇ ਭੋਗ ਵੱਧ ਹੁੰਦੇ। ਬਸ ਕਰ ਹੁਣ ਤਾਂ ਵਾਵਾ ਜਾਣ ਛੁੱਟੀ ਹੋਈ ਹੈ, ਪਿਛਲੀ ਵਾਰੀ ਪਿਛਲੇ ਤੋਂ ਪਿਛਲੇ ਮਹੀਨੇ ਸਟਾਰਟਿੰਗ 'ਚ ਕਦੇ ਕਿਤੇ ਭੋਗ ਤੇ ਕਦੇ ਕਿਤੇ ਭੋਗ ਤੇ ਕਦੇ ਕਿਤੇ ਭੋਗ ਤੇ, ਐਂ ਹੀ ਲੰਘ ਗਏ ਤਿੰਨ ਦਸ ਬਾਰਾਂ ਹਜ਼ਾਰ ਗੱਡੀਆਂ ਤੇ, ਹਾਂ ਤਿੰਨ ਚਾਰ ਮਹੀਨੇ ਐਂ ਹੀ ਲੰਘੇ ਨੇ। ਪਰਮਾਤਮਾ ਸੌਖੀ ਰੱਖੇ ਸਾਰੀ ਜਗ੍ਹਾ, ਕਈ ਵਾਰ ਕਿਤੇ ਨਾ ਚਾਹੁੰਦੇ ਵੀ ਜਾਣਾ ਪੈਂਦਾ, ਨੱਕ ਨੂੰ ਕਹਿੰਦੇ ਨੱਕ ਨੂੰ ਮੂੰਹ ਰੱਖਣਾ, ਉਹ ਕੰਮ ਸਾਨੂੰ ਨੱਕ ਨੂੰ ਮੂੰਹ ਰੱਖਣਾ ਪੈਂਦਾ, ਨੱਕ ਨੂੰ ਮੂੰਹ 'ਚ ਮਰ ਚੱਲਿਆ ਸੀ। ਛੇੜਦੇ ਨੀ ਕਿਤੇ ਇੱਧਰ ਉੱਧਰ ਹੋ ਜਾਏ ਤਾਂ ਮੈਨੂੰ ਹਿਸਾਬ ਨਾ ਆਵੇ। ਹਾਂਜੀ ਆਹ ਕੀ ਬਣਾਈ ਹੈ, ਟੋਪ ਬਣਾਇਆ ਕੁੜਤੀਆਂ ਦੀਆਂ, ਉਹ ਘੈਂਟ ਬਣਿਆ ਇਹ, ਆਹ ਵੀ ਬੜਾ ਘੈਂਟ ਬਣਿਆ, ਹੁਣ ਕੁੜਤੇ ਨੇ ਇਹ, ਕੁੜਤੇ ਹਾਂ ਬੜੇ ਘੈਂਟ ਬਣੇ ਕੁੜਤੇ, ਜੇ ਕਿਸੇ ਨੂੰ ਬਣਾਉਣੇ ਹੋਣ ਤਾਂ ਜ਼ਰੂਰ ਕੋਈ ਨਾ ਕੋਈ ਬਣ ਕੇ ਜਿਹੜਾ ਭੇਜ ਦੇਣੀ ਆ। ਅਮਨ ਗੱਲ ਕਰ ਰਹੀ ਹੈ ਇੱਧਰ।
ਬੜਾ ਸੋਹਣਾ ਇਹ ਬਣਿਆ ਯਾਰ। ਮੇਰੇ ਵਰਗੀ ਨੂੰ ਵਧੀਆ ਲੱਗੂ ਜੀਨਸ ਪੈਂਟ ਨਾਲ। ਇਦਾਂ ਦੇ ਕੰਮ ਕਰਨਾ ਤੇ ਫ੍ਰੀ ਮਾਈਂਡ ਚਾਹੀਦਾ ਔਰ ਐਕਸਪਰਟ ਟੇਲਰ ਚਾਹੀਦੇ ਨੇ। ਬਹੁਤ ਸੋਹਣੀਆਂ ਬਣੀਆਂ ਨੇ। ਤਿੰਨ ਤਿਆਰ ਕਰਵਾਈਆਂ ਨੇ, ਤਿੰਨਾਂ ਦਾ ਆਰਡਰ ਆਇਆ ਬਸ। ਅੱਛਾ 12 ਹੋਈਆਂ ਨੇ। ਅੱਛਾ ਤਿੰਨ ਬਣ ਕੇ ਆਈਆਂ ਨੇ, ਸੈਂਪਲ ਭੇਜੇ ਨੇ ਵੀ ਇਦਾਂ ਦੇ ਬਣਦੇ ਨੇ ਤੁਹਾਡੀਆਂ। ਕੁੜਤੇ ਨਹੀਂ ਵਧੀਆ ਨੇ, ਬਹੁਤ ਸੋਹਣੀਆਂ ਨੇ। ਇਹ ਜੋਰਡਨ ਦੇ ਤਰ ਬਣਾਈ ਆਪਾਂ। ਕਿਉਂ ਨਾ ਗਰਮੀ ਚ ਪੈਣਾ। ਇਹ ਆਪਾਂ ਕੀ ਕਹਿੰਦੇ ਆ, ਟਾਈਗਰ ਪ੍ਰਿੰਟ ਕਰਨੀ ਹੈ। ਹਾਂ ਟਾਈਗਰ, ਆਪਾਂ ਟਾਈਗਰ ਪ੍ਰਿੰਟ ਕਹੀ ਜਾਂਦੇ ਆ। ਹੈ ਕਿਹੜਾ ਇਹ? ਅਵਤਾਰ ਕਹਿੰਦਾ ਹਾਂਜੀ ਆ ਗਏ ਆ। ਰਾਤ ਆਏ ਸਵੇਰੇ ਫੇਰ ਜਾਣ ਦੀ ਤਿਆਰੀ ਹੋ ਗਈ ਤੇ ਮੈਂ ਤਾਂ ਤਿਆਰ ਹੋ ਗਿਆ। ਸੋਨੂੰ ਹਰ ਚੱਲੀ ਫਿਰਦੀ ਹੈ। ਬਸ ਮੈਂ ਤਿਆਰ ਕਿਉਂ ਨਾ, ਮੈਂ ਆਈ ਬਹਿ ਜਾਣਾ ਉੱਥੇ। ਹਾਂ ਮੈਂ ਕੱਪੜੇ ਨਹੀਂ ਲਿਆਈ ਨਾ। ਹਾਂ ਇਹਨਾਂ ਨੇ ਕਿਹੜਾ ਦੱਸ ਜਾਣਾ। ਹਾਂ ਦੱਸ ਤਾਂ ਤਾਰਨੇ ਜਾਣਾ, ਅਸੀਂ ਤਾਂ ਘਰੇ ਜਾਣਾ। ਚਲੋ ਜੀ ਆਪਾਂ ਸਵੇਰ ਤੜਕੇ ਉੱਠਿਆ ਤੇ ਤੁਸੀਂ ਪਿੱਛੇ ਦੇਖਦੇ ਹੋ ਬਾਸੀ ਸਾਹਿਬ 9:30 ਵਜੇ ਉੱਠੇ ਨੇ ਕਿਉਂਕਿ ਜ਼ਿਆਦਾ ਟੈਨਸ਼ਨ ਨਹੀਂ ਸੀ। ਬਾਹਲੀ ਰੋਟੀ ਪਾਣੀ ਨਹੀਂ ਕਿ ਬਣਿਆ ਬਣਾਇਆ ਮਿਲ ਜਾਣਾ। ਵਧੀਆ ਸ਼ਰਟ ਪਾ ਲਿਆ ਹੈ ਨਾ। ਹਾਂ ਸੋਹਣਾ ਬਣਾ ਲਿਆ। ਅਮਨ ਸਵੇਰੇ ਕਾਹਤੋਂ ਪਾਣੀ ਲੈਣੀ, ਸ਼ਾਮ ਨੂੰ ਲਾਇਆ ਕਰ। ਸਤਿ ਸ਼੍ਰੀ ਅਕਾਲ ਜੀ। ਹਾਂ ਉਹੀ ਹੈ ਨਾ। ਗਰਮੀ ਥੋੜੀ ਹੈ, ਗਰਮੀ ਬੰਦੇ ਸੁੱਕੇ ਪਏ ਨੇ। ਮੋਟਰ ਨਾ ਲੱਭਦੇ ਤੁਸੀਂ ਫਰਿੱਜ ਚੋਂ? ਫਰਿੱਜ ਵਿੱਚੋਂ ਕੀ ਲੱਭਦੇ? ਅੱਜ ਤਾਂ ਗਾਣੇ ਹੀ ਚੇਤੇ ਆਈ ਜਾ ਰਹੇ ਸਵੇਰ ਦੇ। ਜੇਬ ਵਿੱਚੋਂ ਗਾਣੇ, ਜੇਬ ਵਿੱਚੋਂ ਕੀ ਲੱਭਦਾ? ਜੇਬ ਵਿੱਚੋਂ ਲੱਭਦਾ ਮੈਂ ਰਾਤ ਵਾਲੀ ਦਾਲ। ਫਰਿੱਜ ਚੋਂ ਆਏ ਘੋਰ ਸਬਜ਼ੀ ਸੀ ਕੌਲੇ ਚ, ਟੀਂਡੋ। ਅੱਛਾ ਟੀਂਡੋ ਬਣਾਏ ਸੀ ਤੁਸੀਂ? ਟੋਲੀ ਚ ਨੀ ਪੈ ਰਿਹਾ ਤਾਂ ਦੇ ਰਹੇ ਹੱਦ ਹੋ ਗਈ। ਆਹੋ ਫਿਰ ਕੱਢ ਲੈਣਾ ਸੀ, ਲਾਹ ਫੁਲ ਕੇ ਫਟਾਫਟ ਖਾਈਏ ਤੇ ਅਸੀਂ ਜਾਈਏ। ਸਬਜ਼ੀਆਂ, ਦੋ ਸਬਜ਼ੀਆਂ ਨਾਲ ਅੱਜ ਅਸੀਂ ਰੋਟੀ ਖਾਣੀ, ਟਿੰਡੇ ਤੇ ਰਾਤ ਵਾਲੀ ਸਬਜ਼ੀ ਪਈ ਸਾਡੀ ਤੇ ਨਾਲ ਪਰੌਂਠੇ। ਮੈਂ ਪਰੌਂਠੇ ਨਾ ਲਾ, ਸੁੱਕੀਆਂ ਲਾ ਮੇਰੀ ਸਲਾਹ। ਛੋਟੀ ਗੱਡੀ ਲੈ ਕੇ ਚੱਲੇ ਆ ਕਿਉਂਕਿ ਅਮਨ ਹੋਰਾਂ ਨੂੰ ਰੋਜ਼ ਸਨਾਮ ਜਾਣਾ ਪੈਂਦਾ ਤੇ ਉਹ ਗੱਡੀ 'ਚ ਏਸੀ ਹੈ, ਇਹਦੇ 'ਚ ਏਸੀ ਨਹੀਂ ਹੈਗਾ ਤੇ ਤਾਂ ਕਰਕੇ ਸਾਡੇ ਤਾਂ ਘਰੇ ਖੜੀ ਰਹਿਣੀ ਜਾ ਕੇ, ਸਾਨੂੰ ਤਾਂ ਕੋਈ ਚੱਕਰ ਨਹੀਂ ਹੈਗਾ। ਹੋਰ ਨਹੀਂ, ਅਸੀਂ ਫਿਰ ਸਫ਼ਰ ਹੀ ਸਾਡਾ ਥੋੜ੍ਹਾ ਜਿਹਾ, ਉਹਨਾਂ ਤਾਂ ਡੇਲੀ ਜਾਣਾ, ਆਪਾਂ ਤਾਂ ਜਾ ਕੇ ਖੜੀ ਕਰ ਦੇਣੀ ਹੈ ਘਰੇ ਕਿ ਨਹੀਂ।
ਤੇ ਆਪਾਂ ਮੈਂ ਇਹੀ ਲੈ ਜਾਂਦੇ ਤੇ ਜਾਣਾ ਵੀ ਆਪਾਂ ਦੋਨਾਂ ਨੇ ਆ, ਦਮਨ ਵੀ ਇੱਥੇ ਆ ਤੇ ਮੈਨੂੰ ਵੀ ਮਜਬੂਰਨ ਜਾਣਾ ਪੈ ਰਿਹਾ ਕਿ ਅਤਾਰ ਨੇ ਆਫਿਸ ਜਾਣਾ ਤਾਂ ਕਰਕੇ, ਨਹੀਂ ਤਾਂ ਮੇਰਾ ਤਾਂ ਆਪ ਦਿਲ ਕਰਨ ਡਿਆ ਸੀ ਰਹਿਣ ਨੂੰ। ਚਲੋ ਕੋਈ ਗੱਲ ਨਹੀਂ ਫਿਰ ਸਹੀ, ਪਰ ਆਵਾਜ਼ ਹੈ ਨਹੀਂ ਉਤਾਰ ਗੱਡੀ ਦੇ ਦੀ, ਆਪਣੀ ਵਰਨਾ ਦੀ ਆਵਾਜ਼ ਬੜੀ ਸੀ ਹੈ ਨਾ। ਚਲੋ ਕਰੋ ਸਾਫ ਫਟਾਫਟ, ਆਟਾ ਰੱਖ ਲਓ ਥੈਲਾ। ਦਮਨ ਹਮ ਜਾ ਰਹੇ ਹਾਂ, ਬਾਏ ਬਾਏ, ਗੁੱਡ ਮੋਰਨਿੰਗ, ਉੱਠ ਗਏ ਤੁਸੀਂ, ਗੁੱਡ ਮੋਰਨਿੰਗ, ਕੰਮ ਕਰ ਲਿਓ, ਇਹ ਨਾ ਹੋਏ ਤੁਸੀਂ ਕਹੋ ਪੜ੍ਹਾਈ ਨਹੀਂ ਕਰਨੀ ਹੈ। ਡਿੱਗੀ ਬੋਲੋ, ਮੈਂ ਆਟਾ ਰੱਖਾਂ ਵਿੱਚ। ਚੱਕ ਲੋ ਗੇ ਥੋੜਾ ਹੀ, ਇਹ ਜ਼ਿਆਦਾ ਨਹੀਂ, ਇੱਕ ਥੈਲਾ ਉੱਥੇ ਪਿਆ ਨਹੀਂ, ਥੈਲਾ ਆਪਾਂ ਨੂੰ ਮੁੱਕਦਾ ਨਹੀਂ ਹੈਗਾ। ਦਮਨ ਛੇਤੀ ਆ ਜਾਈ ਪੁੱਤ, ਮੈਂ ਕੱਲੀ ਨੇ ਵਲੌਗ ਕਿਵੇਂ ਬਣਾਉਣੇ ਨੇ, ਵਲੌਗ ਇੱਥੋਂ ਬਣਾ ਕੇ ਭੇਜੀ ਮੈਨੂੰ। ਕੱਪੜੇ ਨੇ ਮੇਰੇ ਅੱਗੇ ਰੱਖਣੇ ਨੇ, ਚਾਰਜਰ ਮੈਂ ਲਿਆਈ ਨੀ, ਬੋਤਲਾਂ ਕੱਢ ਦੋ, ਗੱਡੀ ਬਾਹਰ ਖਾਲੀ ਰੱਖ ਰੱਖੀਆਂ, ਉਹ ਸੋਡੇ ਦੀਆਂ ਬੋਤਲਾਂ ਲਿਆ ਦੋ, ਲੈ ਕੇ ਜਾਣੀਆਂ ਕਿੱਥੇ ਨੇ, ਉਹ ਥੱਲੇ ਪਈਆਂ ਰਸੋਈ 'ਚ। ਤੁਸੀਂ ਪਾਣੀ ਪਾ ਕੇ ਆਏ ਉੱਤੇ, ਪਹਿਲਾਂ ਤਾਂ ਪਿਆ ਹੀ ਨੀ ਹੋਇਆ ਸੀ, ਇੱਕ ਪੈ ਗਿਆ ਉਹ ਵੀ ਬਹੁਤ ਹੈ। ਨਹੀਂ ਨਹੀਂ ਪਾਣੀ ਉਹਨੂੰ ਰੋਜ਼ ਪਾਇਆ ਕਰੋ, ਬਲਰ ਮਾਰੀ ਜਾ ਰਹੇ ਕੈਮਰੇ, ਹਾਂ ਪਤਾ ਨਹੀਂ ਕਾਹਤੋਂ ਬਲਰ ਮਾਰ ਰਿਹਾ, ਪਹਿਲਾਂ ਮਾਰ ਰਿਹਾ। ਪ੍ਰਨੀਤ ਨੂੰ ਮੈਂ ਮਾਰ, ਪ੍ਰਨੀਤ ਗੇਟ ਖੋਲੇ, ਅਦਮ ਨੂੰ ਤੇ ਕੱਪੜੇ ਮੈਂ ਉਹਨੂੰ ਪਾ ਦਿੱਤਾ, ਤੇ ਮੈਂ ਸਾਰੇ ਤੁਹਾਡੇ ਬੈਗ ਸਾਰਾ ਕੁਝ ਚੱਕ ਲਈ, ਕਹਿੰਦਾ ਗੱਡੀ ਚੱਕ ਲੈ, ਗੱਡੀ ਗੱਡੀ ਚੱਕ ਲੈ, ਚੱਪਲਾਂ ਦੇਖੀਆਂ ਨੀ ਕਦੇ, ਫੋਰਚੂਨਰ ਨਾਲੋਂ ਘੱਟ ਹੈ ਇਹ, ਫਲਾਫਾ ਫਲੂਫਾ।
ਯਾਰ ਨੰਗੇ ਪੈਰ ਨੇ ਨੀ ਪਰਨੀਤ ਫੜੀ ਫੋਨ ਆ ਯਾਰ ਸੋਡਾ ਪਾਉਂਦੇ ਜਾਇਓ ਗੱਡੀ ਤੇ ਮੈਂ ਕਿਹਾ ਗੱਡੀ ਸੋ ਮਿਲਣੀ ਹੋ ਰਹੀ ਹੈ ਮੈਨੂੰ ਬਾਏ ਬਾਏ ਪੁੱਤਰੀ ਬਾਏ 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 ਆ ਜਿਓ ਫੇਰ ਤੇ ਕੋਈ ਨਾ ਕੋਈ ਨਾ ਪਤਾ ਕੀ ਇਹਨਾਂ ਦਾ ਫੋਨ ਮੇਰੇ ਕੋਲ ਆ ਕਲਿੰਦਰ ਲਾ ਕੇ ਜਾਂਦਾ ਫਿਰ ਕਲਿੰਦਰ ਲਾ ਕੇ ਉਹ ਮੇਰੀ ਦੌੜ ਆ ਜੀ ਚਾਰਜਰ ਮੈਂ ਲਿਆਈ ਨਹੀਂ ਬਾਏ ਤੁਸੀਂ ਲਿਆਏ ਲਾਇਆ ਸੀ ਚਾਰਜਰ ਅਮਨ ਤੇਰਾ ਭਾਜੀ ਦੇ ਪਸੀਨੋ ਪਸੀਨਾ ਹੋਇਆ ਪਿਆ ਹੈਗਾ ਚਾਰਜਰ ਚਲੋ ਚਲੋ ਜੀ ਬਾਏ ਬਾਏ ਵਾਹਿਗੁਰੂ ਜੀ ਕੀ ਫਤਿਹ ਚਲੋ 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 ਚਲ ਜਿੰਦੀ ਅਮਨ ਸ਼ਾਮ ਨੂੰ ਮਸਤੂਆਣਾ ਸਾਹਿਬ ਆਉਣਾ ਮਸਤੂਆਣਾ ਸਾਹਿਬ